ਪਹੁੰਚੇ ਸਾਡੇ। ਹਾਂਜੀ ਕਿੱਦਾਂ ਤਿਆਰੀ ਆ ਗਈ ਆ? ਚਿਪਸ ਵਗੈਰਾ ਸਕੂਲੇ ਪੜ੍ਹਨ ਜਾਂਦੇ ਖਾਣ ਜਾਂਦੇ ਦੋਨੋਂ? ਚਲੋ ਵਧੀਆ ਗੱਲ ਆ। ਟਾਈਮ ਦੇਖੋ ਜੀ ਹੋ ਗਿਆ 7:30 ਹੋ ਜਾਂਦੇ ਨੇ ਅਤੇ ਅਸੀਂ ਚੱਲੇ ਪਲਕ ਨੂੰ ਛੱਡਣ ਸਕੂਲ। ਟਿਫਨ ਤਿਆਰ ਹੋ ਗਿਆ। ਅਸੀਂ ਇਕੱਲੇ ਕਹੀਦੇ ਆਪਣੇ ਆਪ ਨੂੰ ਅਸੀਂ ਕਹੀਦਾ। ਹਾਂਜੀ ਕਿੱਦਾਂ ਜੀ ਟਿਫਨ ਹੋ ਗਿਆ ਤਿਆਰ? ਬਾਕੀ ਤਿਆਰੀ ਸਾਰੀ ਇੱਧਰ ਸੁੱਤਾ ਪਿਆ ਆ। ਮੰਮੀ ਮੰਮੀ ਨਹਾਉਂਦੇ ਆ ਨਾ? ਮੰਮੀ ਨੂੰ ਨਹਾਉਣ ਚਲ ਗਏ ਆ। ਚਲੋ ਠੀਕ ਆ ਜੀ, ਚਲ ਆਪ ਮੋਟੀ ਚਲੋ ਵੀ ਲੇਟ ਹੋ ਜਾਣਾ ਫਿਰ। ਕੀ ਕਰਨ ਲੱਗੀ ਆ? ਪਾਓ ਫਿਰ ਜਰਾਬਾ, ਚਲੋ ਆ ਜਾਓ ਚੱਲੀਏ। ਹਾਂਜੀ ਬੈਗ ਬੁੱਕ ਤਿਆਰ ਹੈ? ਤਿਆਰ ਆ। ਦੇਖੋ ਬੈਗ 'ਚ ਕਿਤਾਬਾਂ ਪਾਈ ਦੀਆਂ ਆ ਗਈ ਪਾਇਆ ਬੈਗ 'ਚ। ਚਲ ਆ ਜਾਓ ਫਿਰ, ਲੈ ਆਓ ਆਪਣਾ ਬੈਗ ਤੇ ਹੋ ਗਈ ਤਿਆਰ ਜੀ। ਫੋਟੋ ਫੋਟੋ ਵੀ ਹੋ ਬੈਗ ਚੱਲੀਏ ਫਿਰ। ਕਿੱਦਾਂ ਕੀ ਕਹਿੰਦੀ ਆ? ਕੁਛ ਨਹੀਂ, ਅੱਜ ਗੋਭੀ ਵਾਲੀ ਰੋਟੀ ਪਾਈ ਅੱਜ। ਆਓ ਗੋਭੀ ਵਾਲੀ ਖਾਣੀ ਅੱਜ। ਚਲੋ ਚਲੋ ਆਓ ਫਿਰ ਚੱਲੀਏ, ਮਿਲਦੇ ਆ ਤੁਹਾਨੂੰ, ਇਹਨੂੰ ਛੱਡ ਕੇ ਆ ਗਏ। ਲੱਗੀ ਆ ਮੱਥਾ ਟੇਕਣ। ਹਾਂਜੀ ਚੱਲੇ ਲਓ ਜੀ ਇਹ ਤਾਂ ਹੁਣ ਚੱਲ ਗਏ ਆ ਛੱਡਣ ਪੱਲੂ ਨੂੰ, ਤੇ ਹੁਣ ਅਸੀਂ ਕਰਦੇ ਹਾਂ ਬਾਕੀ ਘਰ ਦੇ ਕੰਮ। ਦੋ ਮਿੰਟ ਵੇਟ ਨੀ ਕਰ ਸਕਦੇ? ਚਲੋ ਜਾਓ ਗੋਡੇ ਵੀ ਹੋਇਆ ਬੋਲਦੇ ਤੁਸੀਂ ਵੱਡੇ ਹੋ ਗਏ ਆ। ਚਲੋ ਠੀਕ ਆ। ਹਾਂਜੀ ਮੰਮੀ ਕਰਦੇ ਪਏ ਪਾਠ? ਜਾਈਏ ਕੋਠੇ ਦੇਖਾਂ ਜਾ ਕੇ ਕੀ ਕਰਦੇ ਆ। ਜੀ ਅਸੀਂ ਚੱਕ ਲਏ ਆ ਹੁਣ ਇਹ ਵੀ, ਦੇਖਦੇ ਹਾਂ ਜਾ ਕੇ ਕੋਠੇ 'ਤੇ ਸਬਜ਼ੀ ਕੀ ਕਰਦੇ ਆ। ਮੈਂ ਕਿਹਾ ਸੀ ਥੋੜ੍ਹੀ ਦੇਰ ਵੇਟ ਕਰ ਲਉ, ਨਹੀਂ ਮੈਂ ਜਾਣਾ ਹੈ ਤੂੰ ਆ ਜਾਵਾ। ਦੇਖਦੇ ਹਾਂ ਕੀ ਕਰਦੇ। ਹਾਂਜੀ ਮੇਰੇ ਲਈ ਤੁਹਾਡੇ ਵਾਲੀ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਯਾਰ।
ਗੋਭੀ ਦੇ ਫੁੱਲ ਹੀ ਮਿਲੇ ਅੱਜ ਤੱਕ। ਸਹੀ ਗੱਲ, ਉਹ ਵੀ ਕਹਿੰਦੇ ਸਬਜ਼ੀ ਬਣਾ ਲਾ। ਹਾਂਜੀ ਪਹਿਲਵਾਨ ਜੀ, ਵਧੀਆ ਵਧੀਆ। ਲਓ ਜੀ ਸਾਡਾ ਸ਼ੇਰ ਜਵਾਨ ਹੁਣ ਲੱਗਾ ਕਾਲਜ ਜਾਣ ਲਈ ਤਿਆਰ ਹੋਣ। ਪਰ ਡਰ ਨਾ ਜਾਈਓ, ਦੇਖ ਕੇ ਵੀ ਉਹਦੀ ਸ਼ੇਰ ਜਿੰਨੀ ਹੈਗੀ ਆ। ਚਲੋ ਬਾਲਾ ਪਟਕਾ ਲਓ ਜੀ, ਦੇਖੀਏ ਸਾਹਿਬ ਜੀ ਕੀ ਕਰਦੇ ਪਏ ਆ। ਹੈਂ ਹਾਏ, ਮੌਸਮ ਬਹੁਤ ਸੋਹਣਾ ਆ ਜੀ। ਹੱਥੇ ਰੱਖਣਾ ਆ ਲਿਆਵਾਂ ਫੇਰ ਜੇ ਕੋਠੇ ਤੇ ਏਦਾਂ ਗੰਦ ਨਾ ਪਾਈ ਉਹ ਫਿਰ ਬੱਠਲ ਲੈ ਲੋ। ਦੇਖੋ ਜੀ ਕਿੰਨੇ ਸੋਹਣੇ ਫੁੱਲ ਨਿਕਲੇ ਹੋਏ ਆ, ਕਿੰਨੇ ਸੋਹਣੇ ਲੱਗਦੇ। ਗੁਲਾਬ ਆ ਵੀ, ਗੁਲਾਬ ਵਾਲੇ ਫੁੱਲ ਨਿਕਲੇ। ਹਾਏ ਹਾਏ, ਤੁਸੀਂ ਕੀ ਖਿੱਚਣ ਦੇ ਆ ਉਹ? ਯਾਰ ਟੁੱਟਦੇ ਨਹੀਂ ਨਾ ਹੈਗੇ ਉਦਾਂ। ਅੱਛਾ, ਮਿੱਟੀ ਦੇ ਉਹ ਬਰੀਕ। ਆਹ ਸੀਗੇ ਗਰੋ ਬੈਗ, ਇਹ ਅਸੀਂ ਹੈ ਨਾ ਔਨਲਾਈਨ ਮੰਗਵਾਏ ਸੀਗੇ ਐਮਾਜ਼ੋਨ ਤੋਂ। ਆਹੋ, ਇੱਕੋ ਹੀ ਚਾਹੀਦਾ ਹੈ ਨਾ ਜੀ? ਇੱਕੋ ਹੀ ਬਹੁਤ ਆ, ਹੈ ਨਾ? ਸਾਰੇ ਬੀ ਆਪਾਂ ਇੱਕੋ ਜਿਹੇ ਲਾਉਣੇ ਆ। ਹਾਂਜੀ, ਜਿਹੜਾ ਬੂਟਾ ਨਿਕਲੀ ਜਾਊਗਾ ਫਿਰ ਗਮਲੇ ਲਿਆ ਕੇ ਉਹ ਚ ਲਾਈ ਜਾਵਾਂਗੇ। ਠੀਕ ਠੀਕ ਆ। ਇਹ ਹੈਗੇ ਗੁਲਾਬ ਦੇ ਬੂਟੇ ਅਲੱਗ ਅਲੱਗ ਤਰ੍ਹਾਂ ਦੇ। ਕਿੱਥੇ ਰੱਖੇ ਤੁਸੀਂ? ਆਹ ਦੇ। ਅੱਛਾ, ਉਹਦੇ ਬੀ ਆ। ਪਤਾ ਕੀ, ਇੱਕ ਗਮਲੇ ਵਿੱਚ ਲਾ ਦਿੰਦੇ ਆ। ਆਮਾ ਕਰਾਮਾ ਹੈਲਪ ਕੋਈ? ਹੈ ਜੀ, ਤੇ ਸਾਰੀਆਂ ਪਾਥੀਆਂ ਪਾ ਲੈਣੀਆਂ। ਦੇਸੀ ਜਗਾੜ ਬੋਲਦੇ। ਬੱਦਲ ਹੋਇਆ ਆ, ਜੇ ਦੁਪਹਿਰੇ ਮੀਂਹ ਪੈਂਦਾ ਹੋਇਆ ਫਿਰ ਕੁੜੀ ਨੂੰ ਕਿੱਦਾਂ ਲੈ ਕੇ ਆਵਾਂਗੇ? ਹੈਂ, ਇੱਕ ਵਾਰੀ ਗੱਡੀ ਵਾਲੇ ਵੱਲ ਜਾ ਕੇ ਆਈਓ ਅੱਜ। ਜਾਊਂਗੇ ਨਾ ਦੁਕਾਨੇ ਫਿਰ ਜਾ ਕੇ ਆਈਏ। ਮੱਖੀਆਂ ਹੀ ਆ ਗਈਆਂ ਆ, ਪਰ ਆਪਣੇ ਥੱਲੇ ਹੈ ਨੀਗੀਆਂ ਅੰਦਰ ਕਮਰਿਆਂ ਚ, ਹੈ ਨਾ? ਕਿਉਂਕਿ ਸਾਰਾ ਬੰਦ ਕਰਕੇ ਨਾ ਕਿਸੇ ਪਾਸੇ ਵੜਦੀਆਂ ਨੀ, ਪਰ ਇੱਥੇ ਕੋਠੇ ਤੇ ਹੈਗੀ ਕੋਈ ਕੋਈ ਮੱਖੀ। ਲਓ ਜੀ, ਗਮਲੇ ਵਿੱਚ ਤਾਂ ਇਹ ਮਿੱਟੀ ਪਾਈ ਆ, ਪਰ ਮਿੱਟੀ ਥੋੜੀ ਘੱਟ ਆ, ਮਿੱਟੀ ਹੋਰ ਲਿਆਉਣੀ ਪੈਣੀ ਆ। ਆਮਾ ਇੱਧਰ ਜਦੋਂ ਗਮਲਿਆਂ ਚ ਲਾ ਲਾਂਗੇ ਨਾ, ਗਮਲੇ ਚ ਲਾਉਣੇ ਆ ਫਿਲਹਾਲ ਆਪਾਂ ਇਹਦੇ ਵਿੱਚ ਹੀ।
ਆਮਾ ਪਾਣੀ ਤਾਂ ਨਹੀਂ ਚਾਹੀਦਾ ਹੋਰ ਨਹੀਂ ਪਾਣੀ ਬਾਅਦ ਚੋਂ ਆ ਜਾ ਆ ਅਮਾ ਉਹਨੇ ਆਮਾ ਜਿੰਨਾ ਪੁੱਟਣਾ ਆ ਨਾ ਹੈਗਾ ਕੁਝ ਤੇ ਉੱਤੇ ਰੱਖ ਕੇ ਮਿੱਟੀ ਪਾ ਦੇਣੀ ਬਸ ਕੱਲੀ ਇਦਾਂ ਚਲ ਆ ਵੇਖੋ ਜੀ ਆ ਹੈਗੇ ਰੈੱਡ ਰੋਜ਼ ਬਲੂ ਰੋਜ਼ ਗ੍ਰੀਨ ਰੋਜ਼ ਆ ਕਿਹੜਾ ਪਰਪਲ ਆਹਾ ਰੈਨਬੋ ਅਤੇ ਆ ਹੈਗਾ ਆ ਪਿੰਕ ਰੋਜ਼ ਇਹ ਸਾਰੇ ਆਪਾਂ ਬਸ ਨਾ ਇਹਨੂੰ ਏਦਾਂ ਕਰੋ ਨਾ ਇੱਦਾਂ ਇਹ ਏਦਾਂ ਇੱਦਾਂ ਹਾਫ ਹਾਫ ਕਰਕੇ ਨਾ ਥੋੜ੍ਹਾ ਹਾਫ ਨਹੀਂ ਬਣੇ ਹੈਗੇ ਇਹ ਮਿੱਟੀ ਥੋੜ੍ਹੀ ਆ ਯਾਰ ਜੇ ਮਿਕਸ ਹੋ ਗਏ ਤਾਂ ਫਿਰ ਪਤਾ ਕਿੱਦਾਂ ਲੱਗੂਗਾ ਕਿਹੜਾ ਕਿਹੜਾ ਆ ਜਦੋਂ ਨਿਕਲੇ ਆਪੇ ਪਤਾ ਲੱਗ ਜਾਣਾ ਦੇਖਣਾ ਇੱਕ ਜਗ੍ਹਾ ਥੋੜ੍ਹ ਦੇਣੇ ਆਪਾਂ ਵਾਹ ਇੱਕ ਸਮ ਦੇਖੀ ਜਾਂਦੀ ਨਾ ਹੈ ਤਾਂ ਉਨੇ ਕੀ ਇਹ ਬੀਜ ਕਿਹੜੇ ਬਹੁਤ ਜ਼ਿਆਦਾ ਆ ਪਰੇ ਨੂੰ ਕਰਕੇ ਪਾਊਂਗਾ ਟੈਨਸ਼ਨ ਨਾ ਲੈ ਤੂੰ ਬਹੁਤ ਫਰਕ ਆ ਕਹਿੰਦੇ ਮਿੱਟੀ ਦੱਬੀ ਦਾ ਨੀ ਹੁੰਦਾ ਹਾਂ ਬਸ ਇਹਨਾਂ ਨੂੰ ਇੱਧਰ ਰੱਖ ਕੇ ਇਹਦੇ ਉੱਤੇ ਮਿੱਟੀ ਪਾ ਦੇਣੀ ਮਾੜੀ ਮਾੜੀ ਮੈਂ ਨਾ ਇਹ ਕਿਤੇ ਦੇਖਿਆ ਸੀਗਾ ਯੂਟਿਊਬ ਦੇ ਉੱਤੇ ਹੀ ਉਹਨਾਂ ਨੇ ਨਾ ਇੱਦਾਂ ਦੱਸਿਆ ਸੀਗਾ ਵੀ ਇੱਦਾਂ ਹੀ ਨਾ ਜਦੋਂ ਵੀ ਕੋਈ ਬੂਟਾ ਜਿਹਾ ਲਾਉਣਾ ਜਾਂ ਜਿਹੜਾ ਬੀ ਬੀ ਟੈਪ ਜਿਹੜੀ ਚੀਜ਼ ਆ ਜਦੋਂ ਉਹ ਲਾਉਣੀ ਆ ਨਾ ਤੇ ਉਹਨੂੰ ਬਸ ਬੀ ਨੂੰ ਇੱਦਾਂ ਰੱਖੋ ਤੇ ਇਹਦੇ ਉੱਤੇ ਹਾਂ ਦਬਾਉਣਾ ਨਹੀਂ ਹੈਗਾ ਦਬਾ ਕੇ ਜਦੋਂ ਮਿੱਟੀ ਆਪਾਂ ਉੱਤੇ ਪ੍ਰੈਸ ਕਰ ਦਈਦੀ ਹੈ ਨਾ ਫਿਰ ਉਹ ਜਦੋਂ ਫੁੱਟਦੇ ਆ ਉਹਨੂੰ ਬਾਹਰ ਨਿਕਲਣ ਦੇ ਵਿੱਚ ਦਿੱਕਤ ਹੁੰਦੀ ਆ ਉਹਨਾਂ ਨੂੰ ਹਾਂ ਬਸ ਆਹ ਇੱਦਾਂ ਰੱਖ ਕੇ ਬਾਹਰ ਨਿਕਲ ਦੇ ਵਿੱਚ ਇੰਨੀ ਦਿੱਕਤ ਪਰੇਸ਼ਾਨੀ ਨਾ ਹੋਵੇ ਮੁੜ ਕੇ ਜੇ ਇਹਨੂੰ ਆਪਾਂ ਦੱਬ ਦਿੰਦੇ ਹਾਂ ਤੇ ਫਿਰ ਉਹ ਬਾਅਦ ਵਿੱਚ ਬਾਹਰ ਨਿਕਲ ਜੇ ਦਿੱਕਤ ਹੁੰਦੀ ਇਹਨਾਂ ਨੂੰ ਬੀਆਂ ਨੂੰ ਠੀਕ ਆਪਾਂ ਚਾਰੇ ਤਰ੍ਹਾਂ ਦੇ ਆਹ ਛੇ ਤਰ੍ਹਾਂ ਦੇ ਆ ਦੱਬ ਕੇ ਵਾਲੇ ਵੀ ਨਾ ਦੱਬਦੇ ਹੀ ਨਹੀਂ ਨਹੀਂ ਮਿੱਟੀ ਨੂੰ ਨਹੀਂ ਦੱਬਣਾ ਅੱਗੇ ਉੱਪਰ ਇਹਦੇ ਮਿੱਟੀ ਬਸ ਇੱਦਾਂ ਪੋਲੀ ਪੋਲੀ ਪਾ ਗਏ ਬਸ ਚਲੋ ਜਿਹੜੇ ਨਾ ਰੈਪਰ ਉੱਪਰ ਜਿਹੜੇ ਇਹਨਾਂ ਦੇ ਚਲੋ ਬਾਕੀ ਦੇਖਦੇ ਆ ਕਦੋਂ ਹੁੰਦੇ ਆ ਹਨਾ ਇਹਨਾਂ ਨੂੰ ਲੱਗਣਾ 2 ਤੋਂ 3 ਹਫ਼ਤੇ ਦਾ ਟਾਈਮ ਹਾਂ ਚਲੋ ਹੁਣ ਮਿਲਦੇ ਆ ਨਾ ਧੋ ਗਏ ਬੂਟਿਆਂ ਨੂੰ ਸਾਰਿਆਂ ਨੂੰ ਪਾਣੀ ਪੈ ਗਿਆ ਦੋਵਾਂ ਨੂੰ ਉਹਨਾਂ ਨੂੰ ਪਾ ਕੇ ਤੇ ਚੱਲੀ ਆ ਦੇਖੋ ਜੀ ਇੱਧਰ ਅਸੀਂ ਬੈਂਗਣਾਂ ਦੇ ਬੂਟੇ ਬਹੁਤ ਲਾਏ ਆ ਹਨਾ 2, 3, 4, 5 ਦੇ ਵਿੱਚ ਪਰ ਨਾ ਮਾੜੀ ਕਿਸਮ ਦਾ ਬੈਂਗਣ ਸਾਡੇ ਆ 2 ਹੀ ਲੱਗੇ ਆ ਫੁੱਲ ਨਿਕਲੇ ਆ ਹੁਣ ਸ਼ਾਇਦ ਨਿਕਲੂਗੇ ਲੋਕ ਕਹਿੰਦੇ ਸਾਡੇ ਇੰਨੇ ਬੈਂਗਣ ਲੱਗਦੇ ਸਾਡੇ ਤਾਂ ਨਹੀਂ ਲੱਗਦੇ ਹੈਗੇ ਹੋਰ ਗੱਲਾਂ ਦੀ ਗੱਲਾਂ ਸਾਡੇ ਪੁਦੀਨਾ ਬਹੁਤ ਸੋਹਣਾ ਲੱਗਦਾ ਆ ਪੁਦੀਨਾ ਕੜੀ ਪੱਤਾ ਇਹ ਬਹੁਤ ਸੋਹਣਾ ਲੱਗਦਾ ਆ ਹੁਣ ਨਾ ਉਹਦੇ ਉੱਤੇ ਮਾੜਾ ਮਾੜਾ ਪਾਣੀ ਛਿੜਕ ਦੇਣਾ ਆ ਤਾਂ ਕਿ ਗਿੱਲਾ ਹੋ ਜਾਵੇ ਬਸ ਓਕੇ ਦੱਬਣਾ ਨਹੀਂ ਮਿੱਟੀ ਨੂੰ ਚਲੋ ਠੀਕ ਆ ਮਿਲਦੇ ਆ ਨਾ ਹੋ ਗਏ ਹੁਣ ਓਕੇ ਕੀ ਕਰੀਏ ਨੇ ਜੀ ਗੋਭੀ ਗੋਭੀ ਵਾਲੀ ਰੋਟੀ ਜਿੰਨੀ ਦੇਰ ਤੱਕ ਅਸੀਂ ਤਿਆਰ ਸ਼ਿਆਰ ਹੋਣਾ ਆ ਸਾਡੀ ਮਾਤਾ ਨੇ ਗੋਭੀ ਵਾਲੀ ਰੋਟੀ ਸਾਡੇ ਵਾਸਤੇ ਤਿਆਰ ਕਰ ਲੈਣੀ ਆ ਠੀਕ ਆ ਜੀ ਅਸੀਂ ਫਿਰ ਖਾ ਕੇ ਸੇਰ ਦੀ ਗੋਭੀ ਵਾਲੀ ਪਰੌਂਠੀਆਂ ਅਤੇ ਆਪੋ ਆਪਣੇ ਕੰਮ 'ਚ ਜਾਣਾ ਸਾਰਿਆਂ ਨੇ ਆਪਣਾ ਆਪਣੇ ਕੰਮ ਕਰਨ ਲੱਗ ਪੈਣਾ ਆ ਮਾਂ ਮਿਰਚ ਜ਼ਿਆਦਾ ਨਹੀਂ ਪਾਤੀ ਅੱਜ ਕਿੱਦਾਂ ਚਲੋ ਠੀਕ ਬਣਾਓ ਫਿਰ ਅਸੀਂ ਆਏ ਬਸ ਤਿਆਰ ਸ਼ਿਆਰ ਹੋ ਲਈਏ ਫਿਰ ਤਿਆਰ ਸ਼ਿਆਰ ਰੈਡੀ ਸ਼ੈਡੀ ਹਾਂਜੀ ਮਾਤਾ ਜੀ ਬਣ ਗਈ ਰੋਟੀ ਲਓ ਜੀ ਗੋਭੀ ਵਾਲੇ ਪਰੌਂਠੇ ਖਾਂਦੇ ਹਾਂ
ਚਾਹ ਵੀ ਸਾਡੀ ਇੱਧਰ ਰੈਡੀ ਹੋ ਗਈ ਮੈਨੂੰ ਲੱਗਦਾ। ਡੂੰਗੀ ਪਲੇਟ ਪਾਈ ਆ ਉਦੋਂ ਵਿੱਚੇ ਫਸ ਗਈ ਉਹਦੇ, ਮੈਨੂੰ ਕੀ ਪਤਾ ਲੱਗਣਾ ਯਾਰ। ਚਲੋ ਮੈਂ ਚਲੋ ਇਹੀ ਸਮਝ ਲਓ ਚੱਕਣੀ ਨਹੀਂ ਆਉਂਦੀ। ਜਿੰਨਾ ਕੁ ਲੋੜ ਪੈਂਦੀ ਆ, ਜਿੱਦਾਂ ਕੌਫੀ ਬਣਾਈ ਦੀ ਆ, ਮੈਂਗੋ ਸ਼ੇਕ ਕਰੀ ਦੇ ਨੀ ਕਿਚਨ ਦਾ ਕੰਮ ਵੀ। ਇਹ ਨੀ ਕਹਿ ਸਕਦੇ ਕਰਦੇ ਨੀ ਹੈਗੇ, ਬਲੌਗਾਂ ਦੇ ਲੋਕਾਂ ਨੇ ਦੇਖਿਆ ਹੋਇਆ ਵੀ ਅਸੀਂ ਕਰਦੇ ਆ, ਉਹ ਤਾਂ ਤੁਸੀਂ ਕਰਨਾ ਵੀ, ਉਹ ਬਾਹਰ ਲਾ ਅਸੀਂ ਕਰਦੇ ਆ, ਘਰ ਦਾ ਤੁਸੀਂ ਕਰਦੇ ਹੋ। ਚਲੋ ਬਾਹਰ ਰੋਟੀ ਫਿਰ ਖਾਈਏ ਯਾਰ ਜੀ, ਗੋਭੀ ਦੇ ਪਰੌਂਠੇ ਤੇ ਨਾਲ ਦਹੀਂ ਨਾਲ ਚਾਹ, ਮਾਤਾ ਹੱਡੀ ਲੱਗੀ ਸ਼ਕਨ। ਤੇ ਤੁਸੀਂ ਵੀ ਆਇਓ ਜੀ, ਤੇ ਬਲੌਗ ਦਾ ਆਪਾਂ ਇੱਥੇ ਕਰ ਦਈਏ ਐਂਡ, ਕਿਉਂਕਿ ਬਲੌਗ ਹੋ ਗਿਆ ਬਹੁਤ ਲੰਬਾ, ਬਾਕੀ ਆਪਾਂ ਫਿਰ ਜਿਹੜਾ ਦੁਪਹਿਰੇ ਵਾਲਾ ਬਣਾਵਾਂਗੇ ਉਹ ਨਵਾਂ ਸ਼ੂਟ ਕਰਾਂਗੇ, ਠੀਕ ਹੈ ਜੀ। ਤੇ ਬਲੌਗ ਦਾ ਇੱਥੇ ਕਰਦੇ ਐਂਡ, ਚਾਹ ਲੈ ਆਓ। ਤੇ ਜਿਹਨਾਂ ਜਿਹਨਾਂ ਨੂੰ ਸਾਡਾ ਬਲੌਗ ਵਧੀਆ ਲੱਗਦਾ ਹੈ, ਵਧੀਆ ਲੱਗਦੇ ਆ, ਉਹ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣ, ਨਵੇਂ ਆਏ ਬੰਦੇ ਸਾਰੇ ਸਾਨੂੰ ਸਬਸਕ੍ਰਾਈਬ ਕਰਨ। ਤੇ ਚਲੋ ਮਿਲਦੇ ਹਾਂ ਤੁਹਾਨੂੰ ਫਿਰ ਇੱਕ ਅਗਲੇ ਨਵੇਂ ਬਲੌਗ 'ਚ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ, ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ, ਅਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋਅ ਹੋਵੇ। ਥੈਂਕ ਯੂ।